ਵੈਲਕਮ ਬੈਕ ਟੂ ਅਵਰ ਯੂਟਿਊਬ ਚੈਨਲ ਯੂਥ ਆਫ ਪੰਜਾਬ। ਅਤੇ ਅੱਜ ਆਪਾਂ ਆਏ ਹਾਂ ਹਾਰਮਨੀ ਬੀਚ 'ਤੇ ਨੀਅਰ ਸੈਂਟ ਮੈਰੀ, ਜਿਹੜਾ ਕਿ ਤੁਸੀਂ ਦੇਖ ਸਕਦੇ ਹਾਂ। ਅੱਜ ਸੰਡੇ ਆ, ਸੰਡੇ 'ਚ ਇਕੱਠ ਨਹੀਂ ਹੁੰਦਾ ਕਿਉਂਕਿ ਜ਼ਿਆਦਾਤਰ ਲੋਕ ਜਿਹੜੇ ਫਰਾਈਡੇ ਸੈਟਰਡੇ ਆਉਂਦੇ ਆ, ਤੁਹਾਨੂੰ ਪਤਾ। ਅਤੇ ਅਸੀਂ ਵੈਸੇ ਹੀ ਅਸੀਂ ਲੰਘੀ ਜਾਂਦੇ ਸੀਗੇ ਅਤੇ ਸਾਨੂੰ ਐਂ ਲੱਗਾ ਵੀ ਚਲੋ 5-10 ਮਿੰਟ ਜਾਂ ਅੱਧਾ ਘੰਟਾ ਸਪੈਂਡ ਕਰੀਏ ਇੱਥੇ, ਅਤੇ ਇੱਕ ਆਪਾਂ ਵੀਡੀਓ ਬਣਾਉਣੀ ਸੀ ਵੀ ਤੁਹਾਡੇ ਨਾਲ, ਚਲੋ ਉਹ ਵੀ ਗੱਲਾਂ ਬਾਤਾਂ ਕਰ ਲਾਂਗੇ ਆਪਾਂ। ਸੋ ਅੱਜ ਆਪਾਂ ਗੱਲਾਂ ਬਾਤਾਂ ਕਰਨੀਆਂ ਜਿਹੜੀ ਕੈਨੇਡਾ ਦੇ ਵਿੱਚ ਨਵੀਂ ਨਿਊਜ਼ ਆਈ ਆ ਵੀ ਜਿਹੜਾ PGWP ਹੈਗਾ ਕਿ ਉਹ ਬੱਚਿਆਂ ਨੂੰ ਬਾਰਡਰ 'ਤੇ ਜਾ ਕੇ ਨਹੀਂ ਮਿਲਣਾ। ਤੁਹਾਨੂੰ ਪਤਾ ਅੱਗੇ ਕਈ ਬੱਚੇ ਕੀ ਕਰਦੇ ਸੀ ਵੀ ਬਾਰਡਰ 'ਤੇ ਜਾ ਕੇ ਆਪਣਾ ਜਿਹੜਾ ਵਰਕ ਪਰਮਿਟ ਲੈ ਲੈਂਦੇ ਸੀਗੇ, ਜਦੋਂ ਕਿ ਉਹਨਾਂ ਨੂੰ ਲੱਗਦਾ ਸੀ ਵੀ ਬਹੁਤ ਸਾਡੇ ਕੋਲ ਘੱਟ ਸਮਾਂ ਰਹਿ ਗਿਆ ਇਹਨੂੰ ਐਕਸਟੈਂਡ ਕਰਨ ਲਈ, ਅਤੇ ਜਾਂ ਫਿਰ ਸਾਡੇ ਕੋਲ ਕਿਸੇ ਵੀ ਰੀਜਨ ਦੇ ਕਰਕੇ ਸਾਡੇ ਕੋਲ ਜ਼ਿਆਦਾ ਸਮਾਂ ਹੈ ਨਹੀਂ ਗਾ ਵੀ ਅਸੀਂ ਆਪਦਾ ਜਿਹੜਾ ਵਰਕ ਪਰਮਿਟ ਆ ਉਹ ਲੈਣਾ ਹੈਗਾ। ਸਟੂਡੈਂਟ ਦੀ ਗੱਲ ਕਰਦਾ PGWP ਦੀ। ਸੋ ਉਹ ਹੁਣ ਬੰਦ ਕਰ ਦਿੱਤਾ ਗਿਆ ਕਿਉਂਕਿ ਉਹ ਕਹਿੰਦੇ ਇੱਕ ਤਾਂ ਫੇਅਰ ਨਹੀਂ ਹੈਗਾ ਵੀ ਬਾਕੀ ਬੱਚੇ ਜਿਹੜੇ ਸਾਰੇ ਔਨਲਾਈਨ 3-3, 4-4 ਮਹੀਨੇ ਵੇਟ ਲਿਸਟ ਦੇ ਵਿੱਚ ਰਹਿੰਦੇ ਆ, ਅਤੇ ਇਹ ਤੁਸੀਂ ਆ ਕੇ ਇੱਥੇ ਇੱਕ ਦਿਨ ਦੇ ਵਿੱਚ ਜਿਹੜਾ ਆਪਣਾ ਵਰਕ ਪਰਮਿਟ ਲੈ ਲੈਂਦੇ ਹਾਂ। ਅਤੇ ਕੁਛ ਕੁ ਗੱਲਾਂ ਆਪਾਂ ਇਹ ਕਰਨੀਆਂ ਦੋਸਤੋ ਵੀ ਜਿਹੜੇ ਸਟੂਡੈਂਟ ਹੁਣ ਪ੍ਰੋਟੈਸਟ ਕਰਦੇ ਆ ਵੱਖੋ ਵੱਖਰੀ ਸਟੇਟ ਦੇ ਵਿੱਚ, ਜਦੋਂ ਉਹਨਾਂ ਦਾ ਕੋਈ PNP ਰੁਕ ਜਾਂਦੀ ਆ ਜਾਂ ਬੰਦ ਹੋ ਜਾਂਦੀ ਆ ਜਾਂ ਕਿਸੇ ਵੀ ਕਾਰਨ ਕਰਕੇ ਉਹਨਾਂ ਦਾ ਕੋਈ ਰੂਲ ਜਿਹੜਾ ਚੇਂਜ ਹੁੰਦਾ, ਠੀਕ ਆ। ਸੋ ਉਹਦੇ ਰਿਲੇਟਡ ਆਪਾਂ ਇਹ ਗੱਲ ਕਰਨੀ ਆ ਵੀ ਜਦੋਂ ਕਿਤੇ ਇਕੱਠ ਰੱਖਿਆ ਜਾਂਦਾ ਹੁੰਦਾ, ਤੁਹਾਨੂੰ ਪਤਾ ਹਨਾ ਵੀ ਸਾਰੇ ਸਟੂਡੈਂਟ ਨੂੰ ਜਾਣਾ ਚਾਹੀਦਾ। ਮੈਂ ਪਹਿਲਾਂ ਤਾਂ ਇਹ ਕਹੂੰਗਾ ਜਿਹੜੇ ਸਾਰੇ ਸਟੂਡੈਂਟ ਆ, ਪਹਿਲਾਂ ਤਾਂ ਉਹ ਆਪਦੇ ਹੱਕ ਲਈ ਖੜਨ, ਕਿਉਂਕਿ ਜਦੋਂ ਤੁਸੀਂ ਇਕੱਠ ਕਰਦੇ ਆ ਤਾਂ ਸਰਕਾਰ ਨੂੰ ਕੁਛ ਨਾ ਕੁਛ ਉਹਦੇ 'ਤੇ ਕੋਈ ਚੰਗਾ ਫੈਸਲਾ ਲੈਣਾ ਪੈਂਦਾ ਹੀ ਆ, ਕੁਛ ਮਰਜ਼ੀ ਹੋ ਜੇ ਕੋਈ PNP ਰੁਕਦੀ ਆ। ਜਿਵੇਂ ਹੁਣ ਤੁਸੀਂ ਦੇਖਿਆ ਹੋਊਗਾ ਵੀ ਵਿਨੀਪੈਗ ਦੇ ਵਿੱਚ ਲੋਕਾਂ ਨੇ ਇਕੱਠ ਕੀਤਾ ਸੀਗਾ, ਤੇ ਵਿਨੀਪੈਗ ਦੇ ਵਿੱਚ ਸਾਰਾ ਜਿਹੜਾ ਜਿੰਨੀਆਂ PNP ਰੁਕੀਆਂ ਹੋਈਆਂ ਸੀਗੀਆਂ ਉਹ ਦੁਬਾਰਾ ਚੱਲ ਪਈਆਂ, ਦੁਬਾਰਾ ਉਹਨਾਂ ਦੇ ਜਿਹੜੇ ਹੈਗੇ ਆ ਫਾਈਲਾਂ ਵਗੈਰਾ PR ਵਗੈਰਾ ਆਉਣ ਲੱਗ ਗਈਆਂ। ਤੇ ਇੱਦਾਂ ਹੀ ਨੋਵਾ ਸਕੋਸ਼ੀਆ ਦੇ ਵਿੱਚ ਉਹਨਾਂ ਨੇ ਮਤਲਬ ਕਿ ਇਕੱਠ ਕਰਕੇ ਇੱਕ ਦਿਖਾਇਆ ਸੀ ਸਰਕਾਰ ਨੂੰ ਵੀ ਇੰਨੇ ਕੁ ਬੱਚੇ ਹੈਗੇ ਆ ਜਿਹਨਾਂ ਨੂੰ ਪ੍ਰੋਬਲਮ ਆ ਰਹੀ ਹੈ ਜੀ ਦੇ ਵਿੱਚ, ਤਾਂ ਉਹਨਾਂ ਨੇ ਉੱਥੇ ਵੀ ਮਤਲਬ ਸੋਲੂਸ਼ਨ ਕੱਢ ਕੇ ਦਿੱਤਾ। ਸੋ ਕਹਿਣ ਦਾ ਭਾਵ ਇਹ ਤਾਂ ਇੱਕ ਸਟੂਡੈਂਟ ਪਾਰਟ ਹੋ ਗਿਆ। ਦੂਸਰੀ ਜਿਹੜੀ ਸਭ ਤੋਂ ਵੱਡੀ ਗੱਲ ਆ, ਮੈਂ ਇਹ ਬਾਕੀ ਸਾਰੇ ਲੋਕਾਂ ਨੂੰ ਕਹਿਣਾ ਚਾਹੁੰਦਾ ਵੀ ਤੁਸੀਂ ਵੀ ਯੂਨਿਟੀ ਦਿਖਾਓ ਜਦੋਂ ਕਿਤੇ ਕੋਈ ਇਕੱਠ ਹੁੰਦਾ, ਵਿੱਚ ਇਕੱਠ ਤੇ ਜਾਇਆ ਕਰੋ। ਇਹਦਾ ਕਾਰਨ ਕੀ ਆ? ਇਹਦਾ ਕਾਰਨ ਇਹ ਹੈ ਵੀ ਜੇ ਕਿਤੇ ਸਟੂਡੈਂਟਾਂ ਨੂੰ ਵਰਕ ਪਰਮਿਟ ਮਿਲਣੇ ਬੰਦ ਹੋ ਗਏ ਤਾਂ ਪਹਿਲੀ ਗੱਲ ਕੋਈ ਵੀ ਸਟੂਡੈਂਟ ਨਹੀਂ ਇੱਥੇ ਆਊਗਾ, ਦੂਜੀ ਗੱਲ ਜਿਹੜੇ ਸਟੂਡੈਂਟ ਹੈਗੇ ਆ ਉਹ ਵੀ ਇੱਥੋਂ ਜਾਣਗੇ, ਬਿਲਕੁਲ ਜਾਣਗੇ, ਕਿਉਂਕਿ ਵਰਕ ਪਰਮਿਟ ਨਹੀਂ ਮਿਲੂਗਾ ਫਿਰ ਉਹ ਕਰਨਗੇ ਕੀ? ਤਾਂ ਸਰਕਾਰ ਉਹਨਾਂ ਨੂੰ ਆਪਦਾ ਵਾਪਸ ਇੰਡੀਆ ਜਾਂ ਕਿਸੇ ਵੀ ਕੰਟਰੀ ਤੋਂ ਆਇਆ ਹਨਾ ਉੱਥੇ ਭੇਜੂਗੀ। ਤੇ ਇਹਦੇ 'ਚ ਸਭ ਤੋਂ ਵੱਡਾ ਨੁਕਸਾਨ ਜਿਹੜਾ ਹੋਣਾ ਉਹ ਇੱਥੋਂ ਦੇ ਬਿਜ਼ਨਸ ਦਾ ਹੋਣਾ, ਕਿਉਂਕਿ ਕੈਨੇਡਾ ਦੇ ਵਿੱਚ ਤੁਸੀਂ ਆਪ ਦੇਖ ਲਓ ਜਿਹੜੇ ਵੱਡੇ ਵੱਡੇ ਸਿਟੀ ਆ ਹੁਣ ਬ੍ਰੈਂਪਟਨ, ਸਰੀ, ਜਿੰਨੇ ਵੀ ਹੋਗੇ, ਜਿਹੜਾ ਉਹਨਾਂ ਦੀ ਹਾਊਸਿੰਗ ਹੈ ਜਿਹੜੀ, ਮੰਨ ਲਓ ਉਹਨਾਂ ਦਾ ਜਿਹੜਾ ਕੋਈ ਰੈਂਟ ਵਗੈਰਾ ਜਿਹੜੇ ਲੋਕਾਂ ਦੇ ਹਾਊਸ ਲਏ ਹੋਏ ਨੇ ਉਹਨਾਂ ਦਾ ਜਿਹੜੇ ਰੈਂਟ ਆ ਉਹ ਸਟੂਡੈਂਟ ਹੀ ਪੇ ਕਰ ਰਹੇ ਆ, ਕਿਉਂਕਿ ਬਹੁਤ ਸਾਰੇ ਸਟੂਡੈਂਟਾਂ ਨੇ ਆਕੂਪਾਈ ਕੀਤੇ ਹੋਏ ਆ ਉੱਥੋਂ ਦੇ ਮੋਸਟਲੀ ਘਰ, ਤੇ ਤੁਸੀਂ ਰੈਂਟ ਕਿੱਥੇ ਦਿਓਗੇ ਮੈਨੂੰ ਦੱਸੋ? ਜਿਹੜੇ ਲੋਕਾਂ ਦੇ ਘਰ ਲਏ ਹੋਏ ਆ ਜੇ ਉਹ ਇਸ ਚੀਜ਼ ਖੁਸ਼ੀ ਖੁਸ਼ ਹੁੰਦੇ ਆ ਨਾ, ਤਾਂ ਇਹ ਨੁਕਸਾਨ ਉਹਨਾਂ ਦਾ, ਕਿਉਂਕਿ ਉਹ ਕਿੱਥੋਂ ਦੇਣਗੇ ਆਪਦੇ ਘਰਾਂ ਦੇ ਮੋਰਜ ਵੀਜ਼ਾ ਕਿੱਥੋਂ ਭਰਨਗੇ ਜਾਂ ਰੈਂਟ ਕਿੱਥੋਂ ਦੇਣਗੇ ਮੁੜ ਕੇ? ਉਹਨਾਂ ਦਾ ਵੀ ਬਹੁਤ ਵੱਡਾ ਨੁਕਸਾਨ ਹੈ, ਕਿਉਂਕਿ ਮੋਸਟਲੀ ਸਟੂਡੈਂਟ ਹੀ ਇੱਕ ਮਤਲਬ ਅਪਾਰਟਮੈਂਟ ਰੈਂਟ ਤੇ ਲੈ ਕੇ ਰਹਿ ਰਹੇ ਆ। ਦੂਜੀ ਗੱਲ, ਜਿਹੜੇ ਤੁਸੀਂ ਬਿਜ਼ਨਸ ਕਰਦੇ ਹੋ ਜਾਂ ਰੈਸਟੋਰੈਂਟ ਤੇ ਕੰਮ ਕਰਾ ਰਹੇ ਨੇ ਲੋਕ, ਉਹ ਤੁਸੀਂ ਕਿੱਥੋਂ ਲਓਗੇ ਵਰਕਰ? $10-10 ਤੇ ਤੁਸੀਂ $8-8 ਤੇ ਵਰਕਰ ਲਏ ਹੋਏ ਨੇ, ਜਾਂ ਜਿੱਥੇ ਜਿਹੜੇ ਸਟੂਡੈਂਟ ਕੰਮ ਕਰਦੇ ਆ, ਚਾਹੇ ਤੁਸੀਂ ਕੈਸ਼ ਤੇ ਲਾ ਲਓ ਚਾਹੇ ਤੁਸੀਂ ਕਿਵੇਂ ਲਾ ਲਓ, ਬਹੁਤ ਹੀ ਘੱਟ ਵੇਜ ਤੇ ਸਟੂਡੈਂਟ ਕੰਮ ਕਰਦੇ ਆ ਹਰੇਕ ਬਿਜ਼ਨਸ ਦੇ ਵਿੱਚ, ਤੇ ਤੁਸੀਂ ਫਿਰ ਕਿੱਥੋਂ ਬੰਦੇ ਲੈ ਲਓਗੇ ਮੈਨੂੰ ਦੱਸੋ? ਆਮ ਸਟੂਡੈਂਟ ਬਾਈ, ਹਰੇਕ ਬੰਦਾ ਜਿਹੜਾ ਹੈਗਾ ਉਹ ਬਹੁਤ ਹੀ ਘੱਟ ਵੇਜ ਤੇ ਕੰਮ ਕਰ ਰਿਹਾ, ਤੇ ਜੇ ਤੁਹਾਨੂੰ ਕੋਈ ਪ੍ਰੋਫੈਸ਼ਨਲ ਬੰਦੇ ਬਾਅਦ ਚ ਲੱਭਣੇ ਪਏ ਤਾਂ ਤੁਸੀਂ ਕਿੰਨੀਆਂ ਉਹਨਾਂ ਨੂੰ ਤਨਖਾਹਾਂ ਦੇ ਦੋਗੇ ਮੈਨੂੰ ਦੱਸੋ? ਫਿਰ ਮੇਰਾ ਕਹਿਣ ਦਾ ਮਤਲਬ ਇਹ ਆ ਵੀ ਸਟੂਡੈਂਟ ਗਰੋਸਰੀ ਬਾਏ ਕਰਦੇ ਆ, ਸਟੂਡੈਂਟ ਘਰ ਲੈਂਦੇ ਆ ਰੈਂਟ ਤੇ, ਸਟੂਡੈਂਟ ਹਰੇਕ ਬਿਜ਼ਨਸ ਨੂੰ ਅਪ ਕਰ ਰਿਹਾ ਕਿਸੇ ਵੀ ਤਰ੍ਹਾਂ ਦੇ ਬਿਜ਼ਨਸ ਨੂੰ। ਟਰੱਕਿੰਗ ਦੇ ਵਿੱਚ ਬਹੁਤ ਜ਼ਿਆਦਾ ਟਰੱਕ ਆ ਜਿਹੜੇ ਉਹ ਸਟੂਡੈਂਟ ਜਦੋਂ ਵਰਕ ਪਰਮਿਟ ਤੇ ਹੁੰਦੇ ਆ, ਬਹੁਤ ਜ਼ਿਆਦਾ ਸਟੂਡੈਂਟ ਟਰੱਕ ਵੀ ਚਲਾਉਂਦੇ ਆ। ਸੋ ਹਰੇਕ ਬਿਜ਼ਨਸ ਆ ਜਿਹੜਾ ਇਫੈਕਟ ਹੋਊਗਾ ਜੇ ਸਟੂਡੈਂਟ ਇੱਥੋਂ ਚਲੇ ਗਏ ਤਾਂ। ਮੈਂ ਇਹ ਕਹਿਣਾ ਚਾਹੁੰਦਾ ਵੀ ਬਾਕੀ ਬੰਦੇ ਵੀ ਇਹ ਨਾ ਸੋਚੋ ਵੀ ਇਕੱਲੇ ਸਟੂਡੈਂਟਾਂ ਦੀ ਜਰਨੀ ਆ ਇਹ, ਵੀ ਜੇ ਕੋਈ ਪ੍ਰੋਬਲਮ ਆਉਂਦੀ ਆ ਕੈਨੇਡਾ ਦੇ ਵਿੱਚ ਇਕੱਲੇ ਸਟੂਡੈਂਟ ਇਫੈਕਟ ਹੋਣਗੇ, ਇਕੱਲੇ ਸਟੂਡੈਂਟ ਨਹੀਂ ਸਾਰੇ ਬਿਜ਼ਨਸ ਇਫੈਕਟ ਹੋਣਗੇ। ਸੋ ਤੁਹਾਨੂੰ ਸਾਥ ਦੇਣਾ ਚਾਹੀਦਾ ਹਰ ਇੱਕ ਸਟੂਡੈਂਟ ਦਾ, ਜੇ ਕਿਤੇ ਵੀ ਇਕੱਠ ਹੁੰਦਾ ਸਾਰੇ ਜਾਣੇ ਵਰ ਚੜ ਕੇ ਹਿੱਸਾ ਲਿਆ ਕਰੋ।
ਇਹ ਇਕੱਲੇ ਸਟੂਡੈਂਟਾਂ ਦੀ ਜਰਨੀ ਨਹੀਂ ਹੈਗੀ। ਤੇ ਬਾਕੀ ਇਹ ਗੱਲਾਂ ਵੀ ਆਪੋ ਆਪਣਾ ਥੋੜਾ ਜਿਹਾ ਧਿਆਨ ਰੱਖਿਆ ਕਰੋ, ਜੋਬਾਂ ਜੁਬਾਂ ਸ਼ੁਰੂ ਤੋਂ ਹੀ ਲੱਭਣ ਦੀ ਕੋਸ਼ਿਸ਼ ਕਰਿਆ ਕਰੋ, ਜਿਹੜੀ ਜੋਬ ਤੁਹਾਨੂੰ ਲੱਗਦਾ ਵੀ ਕਿਤੇ ਤੁਹਾਡੇ ਪੀ ਆਰ ਦੇ ਵਿੱਚ ਹੈਲਪ ਕਰ ਸਕਦੀ ਆ, ਜਾਂ ਉਸ ਪ੍ਰੋਸੈਸ ਦੇ ਵਿੱਚ ਮੂਵ ਹੋਣ ਦੀ ਟਰਾਈ ਕਰੋ, ਜਿਹੜੇ ਪ੍ਰੋਸੈਸ ਦੇ ਵਿੱਚ ਤੁਹਾਨੂੰ ਲੱਗਦਾ ਵੀ ਯਾਰ ਪੀ ਆਰ ਹਨਾ ਜਲਦੀ ਮਿਲ ਸਕਦੀ ਹੈ, ਵੇਟ ਨਾ ਕਰਿਆ ਕਰੋ ਤਾਂ ਕਿ ਤੁਹਾਡਾ ਜਿਹੜਾ ਸਮਾਂ ਨਾ ਖਰਾਬ ਹੋਵੇ। ਜਲਦੀ ਤੋਂ ਜਲਦੀ ਆਪਦੀ ਪੜ੍ਹਾਈ ਕੰਪਲੀਟ ਕਰਨ ਦੀ ਕੋਸ਼ਿਸ਼ ਕਰਿਆ ਕਰੋ, ਜੇ ਤੁਹਾਡੇ ਕੋਲ ਪੈਸੇ ਦਾ ਹੱਲ ਹੋ ਸਕਦਾ ਤਾਂ ਤੁਸੀਂ ਟਰਾਈ ਕਰਿਆ ਕਰੋ ਵੀ ਗੈਪ ਜਿਹੜਾ ਹੈਗਾ ਤੁਸੀਂ ਉਹ ਨਾ ਲਿਆ ਕਰੋ, ਜਾਂ ਆਪਦੇ ਬ੍ਰੇਕ ਜਿਹਨੂੰ ਕਹਿ ਦਿੰਦੇ ਆ ਤੁਸੀਂ, ਜਾਂ 4 ਮਹੀਨੇ ਦਾ ਸਮੈਸਟਰ ਆਫ ਕਹਿ ਦਿੰਦੇ ਆ, ਉਹ ਨਾ ਲਿਆ ਕਰੋ, ਟਰਾਈ ਕਰਿਆ ਕਰੋ ਆਪਦੀ ਸਟੱਡੀ ਨੂੰ ਜਲਦੀ ਖਤਮ ਕਰਨ ਦੀ, ਤਾਂ ਕਿ ਜਿਹੜਾ ਤੁਹਾਡਾ ਕੋਈ ਵੀ ਰੂਲ ਆ ਨਵਾਂ ਲਾਗੂ ਹੋਣ ਤੋਂ ਪਹਿਲਾਂ ਪਹਿਲਾਂ ਤੁਹਾਡੇ ਜਿਹੜੇ ਆਪਦੇ ਕੋਈ ਵਰਕ ਪਰਮਿਟ ਦੀ ਜਰਨੀ ਆ ਜਾਂ ਆਪਦੀ ਸਟੱਡੀ ਦੀ ਜਰਨੀ ਆ ਤੁਸੀਂ ਜਲਦੀ ਜਿਹੜੀ ਕੰਪਲੀਟ ਕਰ ਲਓ। ਸੋ ਕਿਉਂਕਿ ਕੈਨੇਡਾ ਹਰ ਰੋਜ਼ ਬੈਟਰ ਕਰਨ ਦੀ ਸੋਚ ਰਿਹਾ, ਹਰ ਰੋਜ਼ ਨਵੇਂ ਰੂਲ ਲੈ ਕੇ ਆਉਣ ਦੀ ਸੋਚ ਰਿਹਾ, ਇੱਕ ਤਾਂ ਇਲੈਕਸ਼ਨ ਦੇ ਕਰਕੇ ਹੋ ਰਿਹਾ, ਇੱਕ ਕੀ ਆ ਵੀ ਕੈਨੇਡਾ ਦੇ ਵਿੱਚ ਬਹੁਤ ਜ਼ਿਆਦਾ ਜਿਹੜੀ ਆਬਾਦੀ ਹੋ ਚੁੱਕੀ ਆ ਸਟੂਡੈਂਟਸ ਦੀ, ਉਹਨਾਂ ਨੇ ਪਹਿਲਾਂ ਬੁਲਾ ਲਿਆ ਪਰ ਉਹਨਾਂ ਨੂੰ ਕੋਈ ਤਰੀਕਾ ਨਹੀਂ ਸੀ ਵੀ ਸਾਂਭਣਾ ਕਿਵੇਂ ਇਹਨਾਂ ਨੂੰ, ਜਾਂ ਉਹਨਾਂ ਦੀ ਮਤਲਬ ਕਿ ਹਾਊਸਿੰਗ ਦੀ ਅਸੀਂ ਹੈਲਪ ਕਿਵੇਂ ਕਰਨੀ ਆ, ਜਾਂ ਅਸੀਂ ਉਹਨਾਂ ਦੇ ਜੋਬ 'ਚ ਕਿਵੇਂ ਹੈਲਪ ਕਰਨੀ ਆ। ਤੇ ਬਾਕੀ ਗੱਲ ਇਹ ਆ ਉਹਨਾਂ ਨੂੰ ਨਹੀਂ ਪਤਾ ਸੀ ਵੀ ਹਰ ਇੱਕ ਬੱਚਾ ਜਿਹੜਾ ਉਹ ਏਦਾਂ ਦਾ ਹੀ ਕੋਰਸ ਲੈ ਕੇ ਆਜੂਗਾ ਵੀ ਜਿਹਨਾਂ ਦੇ ਵਾਸਤੇ ਕੋਈ ਜੋਬ ਅਵੇਲੇਬਲ ਨਹੀਂ ਹੋਊਗੀ। ਹੁਣ ਕੈਨੇਡਾ ਸਰਕਾਰ ਨੂੰ ਲੱਗ ਰਿਹਾ ਵੀ ਅਸੀਂ ਬੱਚੇ ਏਦਾਂ ਦੇ ਬੁਲਾ ਲਏ ਜਿਹਨਾਂ ਨੇ ਪੜ੍ਹਾਈ ਤਾਂ ਕਰ ਲਈ ਪਰ ਸਾਡੇ ਕੋਲ ਜੋਬਾਂ ਹੈ ਨਹੀਂ ਦੀਆਂ ਨੋ ਫੀਲਡ ਦੇ ਵਿੱਚ। ਸੋ ਇਸੇ ਕਰਕੇ ਹੁਣ ਕੀ ਕਰਨਾ ਚਾਹੁੰਦੇ ਆ ਵੀ ਕੁਛ ਕੁ ਫੀਲਡ ਹੀ ਸਿਰਫ ਮਾਰਕੀਟ 'ਚ ਮਤਲਬ ਉਤਾਰਨਾ ਚਾਹੁੰਦੇ ਆ ਵੀ ਉਹੀ ਪੜ੍ਹਾਈ ਕਰਨ ਬੱਚੇ ਤੇ ਉਹਨਾਂ ਨੂੰ ਹੀ ਅਸੀਂ ਵਰਕ ਪਰਮਿਟ ਦਈਏ ਤੇ ਉਹਨਾਂ ਨੂੰ ਹੀ ਅਸੀਂ ਜੋਬ ਦਈਏ। ਸੋ ਉਹ ਆਪਦੀ ਜਗ੍ਹਾ ਠੀਕ ਨੇ, ਆਪਾਂ ਆਪਦੀ ਜਗ੍ਹਾ ਠੀਕ ਆ, ਪਰ ਮਤਲਬ ਮੈਂ ਇਹ ਕਹਿਣਾ ਚਾਹੁੰਦਾ ਵੀ ਫੈਸਲੇ ਬੜੇ ਸਖਤ ਹੋਣਗੇ ਆਉਣ ਵਾਲੇ ਸਮੇਂ ਦੇ ਵਿੱਚ, ਤੇ ਬਾਕੀ ਆਪਦਾ ਟਾਈਮ ਨਾਲ ਜਿਹੜਾ ਸਾਰੇ ਕੋਲ ਨਿਬੜਦਾ ਤੁਹਾਡਾ ਨਿਬੇੜ ਲਓ ਤੇ ਸਾਰੇ ਜਾਣੇ ਸਾਥ ਦਿਆ ਕਰੋ ਜਦੋਂ ਕਿਤੇ ਕੋਈ ਨਾ ਕੋਈ ਪ੍ਰੋਟੈਸਟ ਹੁੰਦਾ, ਜਦੋਂ ਕਿਤੇ ਨਾ ਕਿਤੇ ਕੋਈ ਇਹੋ ਜਿਹੀ ਗੱਲਬਾਤ ਹੁੰਦੀ ਆ, ਕਿਉਂਕਿ ਇਹ ਇੱਕ ਬੰਦੇ ਦੀ ਗੱਲ ਨਹੀਂ ਹੈਗੀ, ਇਹ ਸਾਰੇ ਹੀ ਬਿਜ਼ਨਸ ਦੀ ਓਵਰਆਲ ਗੱਲਬਾਤ ਕਰ ਰਿਹਾ ਮੈਂ, ਇਹ ਪੂਰਾ ਇਫੈਕਟ ਹੋਊਗਾ। ਸੋ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰ ਦਿਓ, ਤੇ ਜਿਹਨੇ ਇਸ ਚੈਨਲ ਨਹੀਂ ਸਬਸਕ੍ਰਾਈਬ ਤਾਂ ਸਬਸਕ੍ਰਾਈਬ ਕਰ ਲਓ। ਬਾਕੀ ਡਿਸੀਜਨ ਤੁਹਾਡੇ ਆਪਣੇ ਦੋਸਤੋ, ਆਪਾਂ ਤਾਂ ਤੁਹਾਨੂੰ ਕਹੀ ਸਕਦੇ ਹਾਂ ਮਰਜ਼ੀ ਤੁਹਾਡੀ ਆਪਣੀ ਆ ਵੀ ਤੁਸੀਂ ਕਰਨਾ ਕਿੱਦਾਂ, ਤੇ ਆਪਾਂ ਕੋਈ ਵੀ ਗੱਲ ਆਪਣੇ ਦਿਲ 'ਚ ਹੁੰਦੀ ਹੈ ਦਿਮਾਗ 'ਚ ਹੁੰਦੀ ਹੈ ਆਪਾਂ ਨੂੰ ਪਤਾ ਲੱਗਦੀ ਆ ਆਪਾਂ ਤੁਹਾਡੇ ਨਾਲ ਸ਼ੇਅਰ ਜ਼ਰੂਰ ਕਰਦੇ ਹਾਂ, ਤੇ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰ ਦਿਓ। ਧੰਨਵਾਦ।